ਹਾਂਜੀ ਸਤਿ ਸ਼੍ਰੀ ਅਕਾਲ ਸਾਰੇ ਭਰਾਵਾਂ ਨੂੰ ਮਾਈ ਹੋਮਲੈਂਡ ਪਿੰਡ ਬਸੀਹਾਰ ਦੇ ਵਿੱਚ ਸਵਾਗਤ ਹੈ ਸਾਰੇ ਭਰਾਵਾਂ ਦਾ। ਸੋ ਦੋਸਤੋ, ਚੈਨਲ ਬਣਾਉਣ ਦੇ ਟਾਈਮ ਆਪਾਂ ਤੁਹਾਡੇ ਨਾਲ ਇੱਕ ਵਾਅਦਾ ਕੀਤਾ ਸੀ ਕਿ ਆਪਾਂ ਆਪਣੇ ਇਸ ਪਿੰਡ ਦੇ ਚੈਨਲ ਦੇ ਵਿੱਚ ਆਪਣੇ ਬਜ਼ੁਰਗਾਂ ਦੀ ਹਿਸਟਰੀ ਜਿਹੜੀ ਪਿਛਲੀ ਹੈ 75 ਸਾਲਾਂ ਦੀ, ਜੋ 100 ਸਾਲਾਂ ਦਾ ਇਤਿਹਾਸ ਹੈ, ਉਹਨਾਂ ਉਹ ਜਿਹੜਾ ਇਤਿਹਾਸ ਹੈ ਉਹ ਤੁਹਾਡੇ ਰੂਬਰੂ ਲੈ ਕੇ ਆਉਣਾ, ਸਾਰਾ ਇਤਿਹਾਸ ਇਕੱਠਾ ਕਰਾਂਗੇ। ਸੋ ਇਸੇ ਤਰ੍ਹਾਂ ਵੀਰੋ ਸਬੱਬ ਬਣਿਆ ਉਹ ਇਤਿਹਾਸ ਇਕੱਠਾ ਕਰਨ ਦਾ, ਕਿ ਜਿੱਦਾਂ ਆਪਣੇ ਪਿੰਡ ਦੇ ਵੀਰੋ ਵੱਖਰੇ ਵੱਖਰੇ ਪਿੰਡ ਸਨ, ਜਿੱਦਾਂ ਅਈਆ ਬੋੜ ਵਾਲਾ, ਚੱਕੀਆਂ ਵਾਲੇ, ਗਰਾਲੇ ਵਾਲੇ, ਪੱਤੋਵਾਲ, ਹੈ ਨਾ, ਇਸ ਤਰ੍ਹਾਂ ਬਹੁਤ ਸਾਰੇ ਪਿੰਡ ਸਨ। ਮੰਝਪੁਰੀਆ ਵੀ ਇੱਕ, ਹੈ ਨਾ, ਜਿੱਦਾਂ ਮੰਝਪੁਰੀਆ ਵੀ ਆਪਣੇ ਪਿੰਡ 'ਚ ਹੈਗੇ ਨੇ, ਅਤੇ ਉਹ ਸਾਰੇ ਪਿੰਡ ਨੇ ਜਿਹੜੇ ਲਹਿੰਦੇ ਪੰਜਾਬ 'ਚ ਪੈਂਦੇ। ਅਤੇ ਆਪਾਂ ਹੌਲੀ ਹੌਲੀ ਜਿਹੜਾ ਉਹ ਇਤਿਹਾਸ ਹੈ ਨਾ ਬਜ਼ੁਰਗਾਂ ਦਾ, ਜਿੱਥੇ ਆਪਾਂ ਹੌਲੀ ਹੌਲੀ ਉੱਥੇ ਤੱਕ ਪਹੁੰਚਾਂਗੇ ਆਪਣੇ ਲਹਿੰਦੇ ਪੰਜਾਬ ਦੇ ਵਿੱਚ, ਆਪਣੇ ਪਾਕਿਸਤਾਨ ਦੇ ਵਿੱਚ, ਆਪਣੇ ਬਜ਼ੁਰਗਾਂ ਦੀ ਜਨਮ ਭੂਮੀ ਦੇ ਵਿੱਚ। ਅਤੇ ਸੋ ਦੋਸਤੋ, ਕੋਸ਼ਿਸ਼ ਜਾਰੀ ਸੀ, ਇਸੇ ਤਰ੍ਹਾਂ ਸਾਡੀ ਜਿਹੜੀ ਕੋਸ਼ਿਸ਼ ਦੀ ਸ਼ੁਰੂਆਤ ਹੋਈ ਹੈ, ਅਤੇ ਉਹ ਹੋਈ ਹੈ ਜਰਮਨੀ ਤੋਂ, ਠੀਕ ਹੈ ਜੀ। ਇਹਦਾ ਸਿਹਰਾ ਜਾਂਦਾ ਵੀਰ ਹਰਸਿਮਰਨ ਨੂੰ, ਕਿਉਂਕਿ ਉਹ ਜਿੱਥੇ ਵੀ ਜਿਹੜੀ ਵੀ ਕੰਪਨੀ ਦੇ ਵਿੱਚ ਕੰਮ ਕਰਦੇ ਸਨ ਉਹਨਾਂ ਦੇ ਨਾਲ ਕੁਲੀਗ ਮਿਲੇ ਸਾਡੇ ਲਹਿੰਦੇ ਪੰਜਾਬ ਦੇ ਵੀਰ ਭਾਅ ਜੀ ਕਾਸ਼ਿਫ ਬੁੜੈਚ। ਅੱਲਾ ਉਹਨਾਂ ਦੀਆਂ ਜਿਹੜੇ ਵੀ ਉਹਨਾਂ ਦੇ ਸੁਪਨੇ ਨੇ ਉਹ ਸਾਰੇ ਪੂਰੇ ਕਰੇ, ਉਹਨਾਂ ਦੇ ਬਿਜ਼ਨਸ ਮਹਿਫੂਜ਼ ਰੱਖੇ ਅਤੇ ਉਹਨਾਂ ਦੇ ਪਰਿਵਾਰ 'ਤੇ ਮਿਹਰ ਭਰੇ ਹੱਥ ਰੱਖੇ। ਉਹਨਾਂ ਨੇ ਸਾਡੀ ਹੈਲਪ ਕੀਤੀ ਹੈ, ਅਤੇ ਉਹਨਾਂ ਨੇ ਕਿਹਾ ਸੀ ਮੈਂ ਬੈਕ ਹੋਮ ਜਾਣਾ, ਪਾਕਿਸਤਾਨ ਜਾਣਾ, ਲਹਿੰਦੇ ਪੰਜਾਬ ਦੇ ਵਿੱਚ ਜਾਣਾ, ਅਤੇ ਉਹਨਾਂ ਨੇ ਸਾਡੇ ਨਾਲ ਇੱਕ ਕਾਲ ਕੀਤਾ ਸੀ ਕਿ ਮੈਂ ਤੁਹਾਡੇ ਪਿੰਡਾਂ ਦੇ ਵਿੱਚ ਜਾ ਕੇ ਆਵਾਂਗਾ ਅਤੇ ਉੱਥੇ ਵੀਡੀਓ ਜਾ ਕੇ ਬਣਾ ਕੇ ਆਵਾਂਗਾ। ਅਤੇ ਉਹਨਾਂ ਨੇ ਆਪਣਾ ਕਾਲ ਨਿਭਾਇਆ, ਹੁਣ ਆਪਣਾ ਟਾਈਮ ਕੱਢ ਕੇ ਉਹ ਸਾਡੇ ਪਿੰਡਾਂ ਦੇ ਵਿੱਚ ਜਾ ਰਹੇ ਨੇ। ਅਤੇ ਜਿਹੜਾ ਉਹਨਾਂ ਦੇ ਪਿੰਡ ਲਾਗੇ ਪੈਂਦਾ ਸੀ, ਜਿੱਥੇ ਉਹਨਾਂ ਦਾ ਜਾਣਾ ਹੋਇਆ, ਅਤੇ ਉਹ ਪਿੰਡ ਸੀ ਵੀਰੋ ਚੱਕੀਆਂ ਵਾਲਾ, ਜਿੱਦਾਂ ਆਪਾਂ ਪਹਿਲਾਂ ਆਪਣੀ ਵੀਡੀਓ ਦੇ ਵਿੱਚ ਵੇਖਿਆ ਬਾਪੂ ਸੁੱਚਾ ਸਿੰਘ ਦਾ ਜਿਹੜਾ ਪਿੰਡ ਸੀ, ਹੈ ਨਾ, ਬਹੁਤ ਸਾਰੇ ਆਪਣੇ ਲੋਕ ਉੱਥੋਂ ਬਿਲੋਂਗ ਕਰਦੇ ਨੇ। ਅਤੇ ਜਿੱਦਾਂ ਆਪਣੇ ਹੋ ਗਏ ਭਾਅ ਜੀ ਬਖਸ਼ੀਸ਼ ਸਿੰਘ ਜੀ ਹੋ ਗਏ, ਆਪਣੇ ਕੈਪਟਨ ਜੋਗਾ ਸਿੰਘ ਜੀ ਹੋ ਗਏ, ਅਤੇ ਅਸੀਮਾ ਵੀਰ ਹੋ ਗਿਆ, ਇਹਨਾਂ ਦੇ ਸਾਰੇ ਜਿਹੜਾ ਪਿਛੋਕੜ ਹੈ, ਬਜ਼ੁਰਗਾਂ ਦਾ ਪਿਛੋਕੜ ਹੈ, ਉਹ ਚੱਕੀਆਂ ਵਾਲੇ ਨੇ। ਅਤੇ ਵੀਰੋ ਇਹਦੇ ਨਾਲ ਹੀ ਆਪਾਂ ਇਹਨਾਂ ਵੀਡੀਓ ਦੇ ਵਿੱਚ ਵੇਖਾਂਗੇ ਭਾਅ ਜੀ ਜਾ ਕੇ, ਭਾਈਜਾਨ ਨੇ ਜਾ ਕੇ ਆਪਣੀ ਜਿਹੜਾ ਆਪਣਾ ਕੀਮਤੀ ਸਮਾਂ ਕੱਢ ਕੇ ਉੱਥੇ ਜਾ ਕੇ ਲਾਈਵ ਹੋਏ ਨੇ। ਉਹ ਇਕੱਲੀ ਇਕੱਲੀ ਕੋਨੇ ਦੀ ਜਿਹੜੀ ਵੀਡੀਓ ਜਾ ਕੇ ਕੱਢੀ ਚੱਕੀਆਂ ਵਾਲਿਆਂ ਦੀ, ਅਤੇ ਉਹਦੇ ਲਈ ਉਹਨਾਂ ਦੇ ਸਦਾ ਅਸੀਂ ਰਿਣੀ ਰਵਾਂਗੇ, ਅਤੇ ਹਮੇਸ਼ਾ ਉਹਨਾਂ ਦੇ ਲਈ ਦੁਆਵਾਂ ਮਤਲਬ ਨਿਕਲਣਗੀਆਂ ਸਾਡੇ ਮਨਾਂ ਦੇ ਵਿੱਚੋਂ। ਔਰ ਸਾਰੇ ਸਾਡੇ ਵੀਰ ਜਿਹੜੇ ਸਾਡੇ ਪਿੰਡ ਦੇ 2500 ਆਬਾਦੀ ਹੈ, ਅਤੇ ਵੀਰ ਜੀ ਵੜੈਚ ਭਾਅ ਜੀ, ਆਪਾਂ ਤੁਹਾਨੂੰ ਹਮੇਸ਼ਾ ਦੁਆਵਾਂ ਦਿੰਦੇ ਰਵਾਂਗੇ। ਅੱਲਾ ਹਾਫਿਜ਼ ਭਾਅ ਜੀ। ਅਤੇ ਚਲੋ ਵੀਰੋ, ਆਪਾਂ ਫਿਰ ਆਪਣੇ ਪਿੰਡ ਚੱਲਦੇ ਹਾਂ, ਪਾਕਿਸਤਾਨ ਦੇ ਵਿੱਚ ਆਪਣੇ ਬਜ਼ੁਰਗਾਂ ਦੇ ਪਿੰਡ, ਪਹਿਲਾ ਪਿੰਡ ਜਿਹੜਾ ਆਪਾਂ ਜਾ ਰਹੇ ਹਾਂ, ਉਹ ਤੋਂ ਬਾਅਦ ਹੌਲੀ ਹੌਲੀ ਆਪਣੇ ਪਿੰਡਾਂ ਨੂੰ ਵਧਾਂਗੇ, ਉਹ ਤੋਂ ਬਾਅਦ ਸੈਕਿੰਡ ਸ਼ਾਇਦ ਹੋਏਗਾ ਅਈਆ ਬੋੜ ਵਾਲਾ। ਤੋ ਪਹਿਲਾਂ ਆਪਾਂ ਚੱਲਦੇ ਹਾਂ ਆਪਣੇ ਪਿੰਡ ਚੱਕੀਆਂ, ਛੋਟੀਆਂ ਚੱਕੀਆਂ, ਜਿੱਥੇ ਵੀ ਪੈਂਦਾ, ਹੈ ਨਾ, ਅਤੇ ਉੱਥੇ ਭਾਅ ਜੀ ਲਾਈਵ ਹੋ ਰਹੇ ਨੇ ਜਾ ਕੇ, ਭਾਅ ਜੀ ਕਾਸ਼ਿਫ ਬੜਾ ਜੀ, ਇੱਕ ਵਾਰ ਫਿਰ ਧੰਨਵਾਦ ਉਹਨਾਂ ਦਾ। ਅਤੇ ਚਲੋ ਵੀਰੋ, ਫਿਰ ਤੁਸੀਂ ਉਸ ਚੀਜ਼ ਨੂੰ ਪਸੰਦ ਵੀ ਕਰਿਓ, ਆਪਣੇ ਚੈਨਲ 'ਤੇ ਵੀ ਹੋਏਗੀ, ਆਪਣੇ ਪੇਜਾਂ 'ਤੇ ਵੀ, ਫੇਸਬੁੱਕ 'ਤੇ ਵੀ ਹੋਏਗੀ, ਅਤੇ ਉਮੀਦ ਕਰਦੇ ਹਾਂ ਤੁਸੀਂ ਇਸ ਕੋਸ਼ਿਸ਼ ਨੂੰ ਪਸੰਦ ਕਰੋਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੇਖੋ ਆ ਕਿੱਕਰ, ਇਹ ਤੁਹਾਡੇ ਪਿੰਡ ਵੜਨ ਤੋਂ ਪਹਿਲਾਂ ਛੋਟੀ ਚੱਕੀਆਂ ਨਾ, ਪਿੰਡ ਵੜਨ ਤੋਂ ਪਹਿਲਾਂ ਇਹ ਸੜਕ ਜਾਣ ਡਈ ਹੈ ਛੋਟੀ ਚੱਕੀਆਂ ਨੂੰ ਨਾ। ਸੋਨੂੰ ਵੀਰੇ, ਵੇਖੋ ਤੁਹਾਡੇ ਪਿੰਡ ਜਿਹੜਾ ਨਾ, ਪੁਰਾਣੇ ਪਿੰਡ ਬੰਦੇ ਖਾਦ ਖਾ ਲੈਂਦੇ ਪੈਲੀਆਂ ਦੇ ਵਿੱਚ ਨਾ। ਹਾਂ ਬਾਈ ਸੰਮੇ ਵੀਰੇ, ਸੋਨੂੰ ਵੀਰੇ, ਇਹ ਤੁਹਾਡੇ ਪਿੰਡ ਦਾ ਸਕੂਲ ਹੈ, ਉਹ ਉੱਤੇ ਲਿਖਿਆ ਗੌਰਮੈਂਟ ਮਾਡਲ ਪ੍ਰਾਇਮਰੀ ਸਕੂਲ ਚੱਕੀਆਂ। ਇਹ ਉਹਨਾਂ ਦਾ ਜਿਹੜਾ ਨਾ ਪੁਰਾਣਾ ਸਕੂਲ ਹੈ। ਇਹ ਪਿੰਡ, ਇਹ ਪਿੰਡ ਵੀ ਬੜਾ ਜਿਹੜਾ ਨਾ, ਐਂਡ ਵਾਲੇ ਕਿਸੇ ਪਿੰਡਾਂ ਕਿੱਕਰ ਹੀ ਕਿੱਕਰ 'ਤੇ ਜਿਹੜਾ ਨਾ, ਬੜਾ ਪੁਰਾਣਾ ਪਿੰਡ ਹੈ ਇਹ, ਨਾ ਇਹ ਆਉਣਾ ਹੈ ਇੱਥੇ ਬੰਦੇ ਨੂੰ ਮਿਲਣ ਲੱਗੇ ਕਿਸੇ ਨੂੰ ਨਾ ਹੁਣ। ਹਾਂ ਬਾਈ ਸਮੇਂ ਵੀਰੇ, ਸੋਨੂੰ ਵੀਰੇ, ਇਹ ਨਾ ਛੋਟੀ ਚੱਕੀਆਂ ਪਿੰਡ ਨਾ, ਇਹ ਦੱਸ ਦਿਨ ਇੱਕ ਇਹ ਵਾਲਾ ਘਰ ਹੁੰਦਾ ਸੀ ਪੁਰਾਣਾ ਨਾ, ਇਹ ਵਾਲਾ ਜਿਹੜਾ, ਇਹ ਸਾਰੇ ਉਹਨਾਂ ਨੂੰ ਆ ਕੇ ਦੱਸਿਆ ਲੁਬਾਣਿਆਂ ਦਾ ਨਾ, ਇਹ ਭਾਈ ਜਿਹੜੀ ਲੰਬੜਦਾਰ ਨਾ ਇੱਥੋਂ ਪਿੰਡੋਂ, ਕਿਹੜਾ ਜੀ ਇਹ ਹੁੰਦਾ
ਸਹੀ ਉਹ ਵਾਲਾ ਮਕਾਨ ਜਿਹੜਾ ਲੱਕੜ ਦਾ ਦਰਵਾਜ਼ਾ ਪੁਰਾਣਾ ਹਾਂਜੀ ਇਹ ਵਾਲਾ ਦਰਵਾਜ਼ੇ ਵਾਲਾ ਜਿਹੜਾ ਨਾ गली पुराने दस दिन इधर ना जो टिब्बे ना नजर आन डे जिधर डंगर बजे ने इधर घर होंगे हूं सारे टट टुट गए ने जरा इत दस दिन पुराना जरा ना हां जी शामा दा घर हुंदा ही टिब्बे वाली जगह ते ना ऐला ऐ तुहाडे पिंड दा भाई मेन रस्ता ही ऐ पुराना ऐ किहड़ा जलाल नसारी जलाल 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 जेड़ा जलाल जलाया जलाया अच्छा अच्छा ऐ घर पुराना ऐ घर विच पुराना है भाई ਪੱਠੀਆਂ ਕਿੱਥੇ ਹੁੰਦੀਆਂ ਇਸ ਤੋਂ ਅੱਗੇ ਹੁੰਦਾ ਸੀ ਇਸ ਤੋਂ ਅੱਗੇ ਪੱਠੀਆਂ ਹੁੰਦੀਆਂ ਨਾ ਬਾਹਰ ਨਹੀਂ ਨਿਕਲਦਾ ਇਥੋਂ ਹਾਂਜੀ ਤੁਹਾਡੇ ਵਿੱਚ ਜਾਣਾ ਪੱਠੀਆਂ ਵਾਲਾ ਮੇਨ ਦਾ ਹਾਂਜੀ ਸਹੀ ਚਲੋ ਜਿਹੜਾ ਟਿੱਬਾ ਹੈ ਨਾ ਹਾਂਜੀ ਚਲੋ ਟਰੋਲ ਤੁਹਾਡਾ ਆਪਣਾ ਜਿਹੜਾ ਨਾ ਹਾਂ ਸਭ ਤੋਂ ਉੱਚੀ ਜਗ੍ਹਾ ਆਇਆ ਵਿਕਰਮ ਪਾਕਿਸਤਾਨ ਤੋਂ ਪੰਜਾਬ ਤੋਂ ਸੋਨੂ ਵੀਰੇ मकान होंगे पहला इधर ना पुराने पुछे ना लुबानिया पलस्तर पलुस्तर हो गलिया दीवारा होने टाट टू के ना ए पुराने मकान होंगे सारे लुबाणिया ने ना ए गली कंधा कुंधा हूं डिगिया दीवारा बनाईया ने लिया गलिया ए जेडे ना सदे खबे चबारा दस दिन चबारे आला घर सी नाल नाल विच मैं बोलन दिया ओ इत्थे हुंदा सी ओ इत्थे हुण टाट टू के ना विच दीवारा दूरा ते बनाया ने मकान डिगदे डुगदे ने पे सारे ना एली जेड़ी जगह इत्थे इक चबारा दस दिन हुंदा सी अच्छा छत डिग पिया ते तमीर कीता ਇਹ ਜਿਹੜੇ ਨਾ ਉਹ ਮਕਾਨ ਪੁਰਾਣੇ ਜਿਹੜੇ ਡਿੱਗੇ ਡੁੱਗੇ ਨੇ ਸਾਰੇ ਹੁਣ ਤਕਰੀਬਨ ਟੱਟ ਟੁੱਟ ਹੀ ਗਏ ਨੇ ਤੇ ਵਿੱਚ ਮੇਰੀ ਲੈ ਅੰਜੇ ਵਾਲਾ ਜਿਹੜਾ ਛੋਟੇ ਛੋਟੇ ਟੁੱਟ ਦੇ ਮੁਗਾ ਹਾਂਜੀ ਸੋਨੂ ਵੀਰੇ ਜਿਹੜਾ ਇਹ ਤੁਹਾਡਾ ਨਾ पाकिस्तान पंजाब पिंड छोटी चक्किया ऐ तुहाडे पुराने घर ने ऐ ले ना ते ऐ उसे तरह ने छोटिया छोटिया गलिया इत्थे तुहाडा इक चबारा हुंदा करदा ही पुछिया ना आंदे ने भई लुबाणिया दा ना इत्थे चबारा हुंदा ही लुबाणे जट जिहड़े ने ते हुण ते सारे ना टाट टू के जिहड़े उहना नवे बनाए ने कईआं दा ऐ सारा पुराना उही जिहड़ा मिट्टी दा ना पिंड एक साइड ते बड़ा दे पिंड ने एडी तरक्की नहीं कीती उस तरह ही है जिहड़ा हिसाब ना पुराना ना अच्छा उम्र किन्नी क हो गई अपनी हां ओना नु पुछन दे ओ दस नहीं करो ही नहीं आई ओना 17 दे इंडिया जट सिख
ਸਰਦਾਰ ਉਹਨਾਂ ਨੂੰ ਘਲਣੀ ਹੈ। ਉਹ ਆਂਦੇ ਆ ਸਾਡੇ ਪਿੰਡ ਦੀ ਨਾ ਵੀਡੀਓ ਬਣਾ ਘੱਲਿਆ, ਜੇ ਕੋਈ ਵਡੇਰਾ ਬੰਦਾ ਹੋਇਆ ਨਾ ਉਹਨੂੰ ਪੁੱਛਿਆ ਜੇ ਕਿੱਥੇ ਕਰਕੇ ਰਹਿੰਦੇ ਹਨ, ਕੀ ਹਿਸਾਬ ਕਿਤਾਬ। ਉਹ ਹੈ ਬਾਬਾ ਮਨੀਰ, ਉਹ ਜਿਹੜਾ ਪੁਰਾਣਾ ਬੋਰਡ ਹੁੰਦਾ ਸੀ ਸਿੱਖਾਂ ਦੇ ਵੇਲੇ, ਉਹ ਕਿੱਥੇ ਹੁੰਦਾ ਹੈ ਪਿੰਡ ਦੇ ਵਿੱਚ? ਜਿਹੜਾ ਪੁਰਾਣਾ ਬੋਰਡ ਕਿਤੇ ਵੱਡਾ ਸਿੱਖਾਂ ਦੇ ਵੇਲੇ, ਉਹ ਬੋਰਡ ਇੱਥੇ ਹੁੰਦਾ ਢਿਲਵਾਂ ਵਾਲੇ ਥਾਂ 'ਚ। मर गए ने माई मीना ही इधर दे। बाबे माड़ू की उम्र दा पर ओनू हुण समझ नहीं लगदी, कन्ना तो उच्ची सुनदा इहनां दा जरा। नहीं जस्सी वीरे इत पुराना बोर्ड हुंदा करदा सी तुहाडे पिंड दा ना, आ छोटी छोटी गलियां सारा इस जगह ते ना जिहड़ा कच्चा कित्थे दस देने आ हुण हवेली बुली बनी ਇੱਥੇ ਬੋਰਡ ਹੁੰਦਾ ਕਰਦਾ ਸੀ ਸਾਰਾ, ਇੱਥੇ ਬਿੰਦੇ ਬੁੰਦੇ ਕਰਦੇ ਹਨ। ਇਹ ਗਲੀ ਨਾ ਇੱਕ ਇੱਥੇ ਜਿਹੜਾ ਸੀ ਨਾ ਮਸ਼ਹੂਰ, ਉਹ ਚੁਬਾਰਾ ਦੱਸਦੇ ਨੇ, ਜਿਹੜਾ ਲਬਾਣਿਆਂ ਦਾ ਚੁਬਾਰਾ ਨਾ, ਜਿਹੜਾ ਮਕਾਨ ਪੁਰਾਣਾ ਹੁੰਦਾ ਸੀ ਚੌਰੀ ਜਿਹੜਾ ਹੁੰਦਾ ਸੀ ਉਹਦਾ ਚੁਬਾਰਾ ਸੀ, ਤੇ ਉਹਦਾ ਇਸ ਗਲੀ ਜਿਹੜਾ ਨਾ ਉਹਦਾ ਚੁਬਾਰਾ ਹੁਣ ਢੱਟ ਟੁੱਟ ਗਿਆ। ਤੇ ਇੱਥੇ ਜਿਹੜਾ ਤੁਹਾਡਾ ਸਾਰਾ ਪਿੰਡ ਹੈ ਨਾ, ਇਹ ਪਿੰਡੋ ਸਾਰੇ ਤੁਸੀਂ ਜਿਹੜੇ ਲਬਾਣੇ ਸਾਰੇ ਇੰਡੀਆ ਟੁੱਟ ਗਏ, ਤੇ ਉਧਰੋਂ ਜਿਹੜੇ ਨੇ ਨਾ ਉਹ ਬੰਦੇ ਸਾਰੇ ਜਿਹੜੇ ਨੇ ਨਾ ਉਹ ਇੱਧਰ ਆਏ ਨੇ। ਪੁਰਾਣਾ ਵਡੇਰੇ ਬੰਦੇ ਜਿਹੜੇ ਨੇ 80 ਸਾਲਾਂ ਦੇ 90 ਸਾਲਾਂ ਦੇ ਉਹ ਕੋਨੇ ਮਿਲੇ। ਹਾਂਜੀ ਵੀਰੇ, ਪਾਕਿਸਤਾਨ ਪੰਜਾਬ ਤੋਂ ਸੋਨੂੰ ਵੀਰੇ, ਸੰਮੀ ਵੀਰੇ ਦੇ ਪਿੰਡ ਛੋਟੀ ਚੱਕੀਆਂ ਦਾ ਸਕੂਲ ਹੈ ਗੁਜਰਾਂਵਾਲੇ ਦੇ ਨਜ਼ਦੀਕ ਨਾ, ਛੋਟੀ ਚੱਕੀਆਂ ਅਤੇ ਇਹ ਸਕੂਲ ਹੈ ਤੁਹਾਡੇ ਪਿੰਡ ਦਾ ਭਾਈ। ਇਹ ਤੁਹਾਡਾ ਉਹ ਪੁਰਾਣਾ ਪਿੰਡ ਹੈ, ਇਹ ਬੋਰਡ ਹੈ ਪਿੰਡ ਦਾ, ਹੋਰ ਇੱਕ ਪੁਰਾਣਾ ਬੋਰਡ ਹੁੰਦਾ ਸੀ ਦੱਸਦੇ ਨੇ, ਅਤੇ ਉਹ ਜਿਹੜਾ ਨਾ ਉਹ ਸੁੱਕ ਗਿਆ। ਠੀਕ ਹੈ, ਕਹਿ ਪੁਰਾਣਾ ਬੋਰਡ ਹੈ ਅਤੇ ਉਹ ਮਕਾਨਾਂ ਦੀ ਜਿਹੜੀ ਦੂਸਰੀ ਵੀਡੀਓ ਬਣਾਈ ਉਹ ਪੁਰਾਣਿਆਂ ਦੀ ਨਾ, ਉਹ ਸਾਰੀ ਹੁਣ ਨਾ ਡਿੱਗ ਡੁੱਗ ਪਏ ਨੇ। ਤੁਹਾਡਾ ਪਿੰਡ ਬਿਲਕੁਲ ਇੱਕ ਸਾਈਡ 'ਤੇ ਨਾ, ਇਹ ਐਡਾ ਆਬਾਦ ਨਹੀਂ ਹੋਇਆ, ਜਿਉਂ ਲਬਾਣੇ ਗਏ ਨੇ ਦੁਬਾਰਾ ਜਿਹੜਾ ਨਾ ਇਹ ਐਡਾ ਨਾ ਕੋਈ ਨਹੀਂ ਸਾਰਾ ਬਣਿਆ। ਇਹ ਬੋਰਡ ਤੁਹਾਡੇ ਪਿੰਡ ਦਾ ਨਾ।